ਦੂਤਾਵਾਸ ਵਾਲੇ ਹਿੰਦੁਸਤਾਨ ਨੂੰ ਅੱਜ ਕੱਲ੍ਹ ਗੁਰਬਤ ਦਾ ਮਾਰਿਆ ਬੰਗਲਾਦੇਸ਼ ਵੀ ਵੰਗਾਰ ਰਿਹਾ। ਵਿਦੇਸ਼ੀਆਂ ਦੇ ਗੈਰ ਕਾਨੂੰਨੀ ਦਾਖਲੇ ਅਤੇ ਭਾਰਤੀ ਵਸਨੀਕਾਂ ਬਾਰੇ ਤਾਜ਼ਾ ਕਾਨੂੰਨਾਂ ਦੇ ਸੰਦਰਭ ਵਿੱਚ ਭਾਰਤ ਬੰਗਲਾਦੇਸ਼ ਦਾ ਨਾਂ ਸਭ ਤੋਂ ਉੱਪਰ ਬੋਲਦਾ। ਭਾਜਪਾ ਨੇ ਦਹਾਕਿਆਂ ਤੋਂ ਬੰਗਲਾਦੇਸ਼ੀਆਂ ਦੇ ਕਿੱਥੇ ਤੇ ਗੈਰ ਕਾਨੂੰਨੀ ਦਾਖਲੇ ਦੇ ਮੁੱਦੇ ਤੇ ਖਰੂ ਪਾ ਰੱਖਿਆ। ਭਾਰਤ ਹੱਥੀ ਕੌਮਾਂਤਰੀ ਤੌਰ ਤੇ ਹਰ ਰੋਜ਼ ਹੁੰਦੀ ਬੇਇੱਜ਼ਤੀ ਤੋਂ ਤੰਗ ਆਏ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਨ ਨੇ ਇੱਕ ਅਹਿਮ ਬਿਆਨ ਰਾਹੀਂ ਭਾਰਤ ਨੂੰ ਸਖ਼ਤ ਜਵਾਬ ਦਿੱਤਾ। ਮੋਮਨ ਨੇ ਕਿਹਾ ਕਿ ਤੁਸੀਂ ਸਾਡੇ ਸ਼ਹਿਰੀਆਂ ਦੇ ਘੁਸਪੈਠੀਆਂ ਦੀ ਗੱਲ ਕਰਦੇ ਹੋ, ਪਰ ਅਸਲੀਅਤ ਇਹ ਹੈ ਕਿ ਅਸੀਂ ਤੁਹਾਡੇ ਘੁਸਪੈਠੀਆਂ ਤੋਂ ਤੰਗ ਆ ਚੁੱਕੇ ਹਾਂ। ਸਾਡੇ ਲੋਕ ਹਿੰਦੁਸਤਾਨ ਕੀ ਲੈ ਜਾਣਗੇ, ਜਦਕਿ ਉਸਦਾ ਅਰਥਚਾਰਾ ਸਾਡੇ ਅਰਥਚਾਰੇ ਦੇ ਮੁਕਾਬਲੇ ਕਮਜ਼ੋਰ ਹੈ। ਨਾ ਤੁਹਾਡੇ ਕੋਲ ਦੇਣ ਨੂੰ ਕੋਈ ਕੰਮ ਹੈ ਅਤੇ ਨਾ ਹੀ ਨੌਕਰੀਆਂ ਨੇ। ਜੇ ਸਾਡਾ ਕੋਈ ਸ਼ਹਿਰੀ ਗੈਰ ਕਾਨੂੰਨੀ ਤੌਰ 'ਤੇ ਹਿੰਦੁਸਤਾਨ ਆ ਵੀ ਗਿਆ ਤਾਂ ਸਾਨੂੰ ਸੂਚੀ ਦਿਓ, ਅਸੀਂ ਉਸਨੂੰ ਵਾਪਸ ਬੁਲਾ ਕੇ ਇੱਥੇ ਵਸਾਵਾਂਗੇ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।